ਸੋ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਲੈਂਸ ਦਾ ਪ੍ਰਾਈਸ ਹੈਗਾ 1,20,000। ਸੋ ਹਰਮਨ ਰਮਗਾਰੀਆ ਜੀ ਆਪਣੇ ਪੱਗ ਦੇ ਵੱਟ ਕਿਵੇਂ ਪਾਉਂਦੇ ਨੇ ਤੁਸੀਂ ਦੇਖ ਸਕਦੇ ਹੋ, ਇਹ ਰਿਵੀਲ ਕਰਾਂਗੇ ਇੱਕ ਨਵੀਂ ਅਪਕਮਿੰਗ ਵੀਡੀਓ ਦੇ ਵਿੱਚ, ਹੈ ਨਾ ਭਾਜੀ? ਹਾਂਜੀ 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 ਹਾਂਜੀ। ਇੱਕ ਪਾਈ ਹੋਈ ਹੈ ਪਰ ਦੁਬਾਰਾ ਬਣਾਵਾਂਗੇ, ਉਹਦਾ DOP ਬਹੁਤ ਮਾੜਾ ਜੀ, ਜਿਹੜਾ ਵਿੱਚ ਕਮੈਂਟਰੀ ਕਰ ਰਿਹਾ ਉਹੀ DOP। ਤੇ ਹਰਸ਼ ਵੀ ਬਣ ਰਿਹਾ ਪੱਗ, ਉਹ ਤਾਂ ਦਿਖਾਉਂਦੇ ਹਰਸ਼ ਦਸਾਂਝ ਜੀ ਆਪਣੇ ਪੱਗ ਦੇ ਪੱਲੇ ਕਿੱਦਾਂ ਬਣਾਉਂਦੇ ਨੇ ਉਹ ਦੇਖੋ। ਲਾਸਟ ਵਾਲਾ ਸਿੰਗਲ ਹੀ ਹੁੰਦਾ। ਅੱਛਾ, ਲਾਸਟ ਵਾਲਾ ਸਿੰਗਲ ਹੁੰਦਾ, ਬਾਕੀ ਸਾਰੇ ਡਬਲ ਡਬਲ, ਤੇ ਤੀਜਾ ਜਿਹੜਾ ਇਹਦਾ ਪੱਲਾ ਹੁੰਦਾ ਉਹ 3 ਹੁੰਦੇ, ਹਨਾ? ਨਹੀਂ, ਦੂਜਾ ਵੀ 3 ਹੁੰਦੇ ਆ। ਅੱਛਾ, ਦੂਜਾ ਵੀ 3 ਕੱਢਦਾ। ਓ ਮਾਈ ਗਾਡ। ਸੋ ਸਾਰੇ ਜਣੇ ਰੈਡੀ ਹੋ ਗਏ ਆ, ਹਰਸ਼ ਨੇ ਬਣਾਉਣੀ ਇੱਕ ਵੀਡੀਓ ਆਪਣੀ, ਉਹ ਪਾਊਡਰ ਵਾਲੀ, ਜਿਹੜਾ ਟਿਕਟੋਕ ਤੇ ਟ੍ਰੈਂਡ ਜਣੇ ਚੱਲਿਆ, ਹਨਾ? ਸੋ ਜਾ ਕੇ ਬਣਾਉਂਦੇ ਆ, ਤੇ ਹਰਮਨ ਖਾ ਲਏ ਥੱਲੇ ਰੋਟੀ, ਤੇ 5-10 ਮਿੰਟ 'ਚ ਇਹਦੀ ਵੀਡੀਓ ਬਣਾ ਕੇ ਨਿਕਲਦੇ ਸ਼ੂਟ ਨੂੰ। ਤੇ ਅੱਜ ਦੇ ਵਲੋਗ 'ਚ ਤੁਹਾਨੂੰ ਦਿਖਾਵਾਂਗੇ ਆ ਕਿਹੜਾ ਲੈਂਸ ਆ। ਵੈਸੇ ਤੁਹਾਨੂੰ ਵੇਖ ਕੇ ਪਤਾ ਲੱਗ ਹੀ ਗਿਆ ਹੋਊਗਾ ਨਾ, 50mm ਲੈਂਸ ਲਿਆ ਅਸੀਂ, ਬਾਏ ਕੀਤਾ ਨਵਾਂ। ਤੇ ਕੀ ਇਹਦੇ ਮਤਲਬ ਕੀ ਖਾਸੀਅਤ ਉਹ ਤੁਹਾਨੂੰ ਪੂਰੇ ਵਲੋਗ 'ਚ ਦੱਸਾਂਗੇ, ਸੋ ਵਲੋਗ ਨੂੰ ਐਂਡ ਤੱਕ ਦੇਖਿਓ, ਠੀਕ ਹੈ? ਤੇ ਚਲੋ ਬਣਾਈ ਪਹਿਲਾਂ ਤੇਰੀ ਵੀਡੀਓ ਬਣਾਈ। 2-3 ਆ ਜਾ। ਮਾਮਾ ਜਿੱਥੇ ਬੈਠੋ ਤੂੰ ਉਵੇਂ ਵੀ ਡਿੱਗ ਜਾਣਾ ਤੂੰ। ਆਹ ਵੇਖ ਕਿੱਥੇ ਬੈਠਾ ਮਾਮਾ, ਆਹ ਵਲੋਗ ਤੇਰੇ ਘਰ ਦੇ ਨੇ ਵੇਲਾ ਵੇਲਾ, ਤੂੰ ਫੋਨ ਚ ਕਿੰਨਾ ਵੇਲਾ ਰੁੱਝਿਆ, ਪਤਾ ਨੀ ਤੂੰ ਕਿੱਥੇ ਬਹਿਣਾ, ਕਿੱਥੇ ਕਿੱਥੇ ਖਲੋਣਾ। ਸਾਰੀ ਹਰੀ ਪੱਗ ਦਾ ਕਸੂਰ ਜਿਹੜੀ ਅੱਜ, ਪਹਿਲਾਂ ਹੀ ਕਿਹਾ ਸੀ। ਚਲੋ ਯਾਰ ਆਓ, ਸਾਰਾ ਕਸੂਰ ਹੈਗਾ। ਹਾਂ A few moments later. ਲੋਕੇਸ਼ਨ ਤੇ ਪਹੁੰਚ ਗਏ, ਪਹਿਲਾਂ ਸਾਡਾ ਪਲਾਨ ਬਣਿਆ ਰਣਜੀਤ ਐਵਨਿਊ ਜਾਣ ਦਾ, ਪਰ 3 ਵੱਜ ਚੁੱਕੇ ਨੇ, ਸੋ ਅਸੀਂ ਸੋਚਿਆ ਕਿ ਉੱਥੇ ਨਾ ਜਾਇਆ ਜਾਵੇ, ਕੰਪਨੀ ਵੱਲ ਚੱਲਣ। ਉੱਥੇ ਲੋਕੇਸ਼ਨ ਵਗੈਰਾ ਹੈਗੀ, ਆਪਾਂ ਇੱਥੇ ਕਾਫੀ ਵਾਰ ਸ਼ੂਟ ਕੀਤਾ ਹੋਇਆ, ਤੇ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਆਹ ਕਿਹੜਾ ਲੈਂਸ ਆ, ਕਿੰਨੇ ਦਾ ਲਿਆ ਤੇ ਕੀ ਹਿਸਾਬ ਕਿਤਾਬ ਆ। ਸੋ ਡੱਬੇ ਤੋਂ ਕਈਆਂ ਨੂੰ ਆਈਡੀਆ ਲੱਗਿਆ ਹੋਇਆ, ਇਹ ਹੈਗਾ 50mm 1.8G Master ਅਨਬੋਕਸਿੰਗ। ਇਹ ਕੋਈ ਸਪੋਂਸਰ ਨਹੀਂ, ਪਹਿਲੀ ਗੱਲ ਤਾਂ ਇਹ ਕੋਈ ਸਪੋਂਸਰ ਨਹੀਂ, ਅਸੀਂ ਆਪ ਖਰੀਦਿਆ ਹੋਇਆ, ਪ੍ਰੂਫ ਆ। ਤਾਂ ਕਰਕੇ ਸੋ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਲੈਂਸ ਦਾ ਪ੍ਰਾਈਸ ਹੈਗਾ 1,20,000। ਸਿਰਫ 12,000 ਰੁਪਏ ਦਾ, ਜਿਹੜਾ 1.4 ਆ 30,000 ਦਾ ਵੀ ਇੱਕ ਹੁੰਦਾ, 30 ਤੋਂ ਲੈ ਕੇ 40,000 ਦਾ, ਤੇ ਇੱਕ ਹੁੰਦਾ 1,20,000 ਦਾ, ਤੇ 1.8 ਅਸੀਂ ਤਾਂ ਕਰਕੇ ਲਿਆ ਗਏ ਥੋੜਾ ਬਜਟ ਦੇ ਵਿੱਚ ਹੀ ਸਾਡੇ। ਹੁਣ ਤੁਹਾਨੂੰ ਦਿਖਾਉਂਦੇ ਆ, ਹਾਊ ਇਜ਼ ਪੋਸੀਬਲ, ਹਾਊ ਇਜ਼ ਪੋਸੀਬਲ, ਆ ਦੇਖੋ ਯਾਰ ਅੰਦਰ ਸਾਰਾ, ਹਨਾ, ਮੈਨੂਅਲ ਆਹੋ, ਜੋ ਇਹ ਗਾਈਡ ਆ ਨਹੀਂ ਖੋਲਿਆ ਯਾਰ,
ਮੈਂ ਵਿਊਅਰਸ ਨੂੰ ਬੇਨਤੀ ਕਰਦਾ ਵਾਂ ਕਿ ਤੁਸੀਂ ਸਾਡੀ ਜਦੋਂ ਵੀਡੀਓ ਵੇਖਦੇ ਜੇ ਤੇ ਉਹਦੇ ਉੱਤੇ ਐਡ ਆਉਂਦੀ ਨਾ ਪਲੀਜ਼ ਉਹਨੂੰ ਕਲਿੱਕ ਵੀ ਕਰਿਆ ਕਰੋ ਐਡ ਦੇ ਪੇਜ 'ਚ ਜਾਇਆ ਕਰੋ ਫਿਰ ਮੈਂ ਵਾਪਸ ਆ ਜਾਇਆ ਕਰੋ ਤੇ ਐਡ ਪੂਰੀ ਦੇਖਿਆ ਕਰੋ ਸੋ ਇਸੇ ਖੁਸ਼ੀ ਵਿੱਚ ਮੈਂ ਖਵਾਨਾ ਹਰਸ਼ ਨੂੰ ਬੰਦ ਛੋਲੇ ਮੈਨੂੰ ਘੱਟੋ ਘੱਟ ਦੂ ਚਿਕਨ ਬਰਗਰ ਤੂੰ ਪਨੀਰ ਬਰਗਰ ਖਾ ਤਾਂ ਪਨੀਰ ਖਵਾ ਦੇ ਚੱਲ ਪਨੀਰ ਖਵਾ ਚੱਲ ਵੇਖੇ ਖਵਾ ਲਾਂਗੇ ਖਵਾ ਲਾਂਗੇ ਖਵਾ ਲਾਂਗੇ ਚੱਲਦੇ ਬਰਗਰ ਹਟ ਚੱਲਦੇ ਉੱਥੇ ਖਵਾਉਂਦੇ ਡਨ ਸ਼ਾਮੀ ਖਾਵਾਂਗੇ ਠੀਕ ਹੈ ਬੈਕਅਪ ਚਲੋ ਬੈਕਅਪ ਬੈਕਅਪ ਕੋਈ ਟਿਕਟੋਕ ਨਹੀਂ ਬਣੂ ਅੱਜ ਹੁਣ ਆਖਰੀ ਚਾਂਸ ਸੀ ਤਿੰਨ ਵਾਰੀ ਸਾਰਿਆਂ ਨੂੰ ਤਿੰਨ ਤਿੰਨ ਚਾਂਸ ਮਿਲਣੇ ਠੀਕ ਹੈ ਉਹ ਡਨ ਹੈ ਨਾ ਸਾਰਿਆਂ ਨੂੰ ਤਿੰਨ ਤਿੰਨ ਚਾਂਸ ਮਿਲਣੇ ਜੇ ਬਸ ਉਹ ਕੌਨਫੀਡੈਂਸ ਪਰਸਨ ਜਿਹਨੇ ਪੰਜਵੀਂ ਰਿਵੀ ਬਣਾ ਤੇ ਆਪਣੇ ਮੈਂ ਆਪਣੀ ਨਹੀਂ ਬਣਾਉਂਗਾ ਵੀਰ ਇਹਨੇ ਕਿਹੜਾ ਕੈਮਰਾ ਹੀ ਬੰਦ ਕਰ ਦੇ ਮੈਂ ਨਹੀਂ ਬਣਾਉਣੀ ਓ ਸਾਡਾ ਕਰੂ ਚੈੱਕ ਕਰੋ ਖਤਰਿਆਂ ਨਾਲ ਖੇਡਦੇ ਹੋਏ ਸਾਡੇ ਹਰਸ਼ ਨਾਲ ਚੜਿਆ ਜੀ ਉੱਤੇ ਪਹਿਲਾਂ ਦੱਸ ਸਾਡੇ ਹਰਸ਼ ਬੰਦ ਹਰਸ਼ ਬੰਦ ਅੱਗੇ ਸਿੱਧੀ ਆਉਂਦੀ ਆ ਸਿੱਧੀ ਸਿੱਧੀ ਵਨ ਟੂ ਥ੍ਰੀ ਸਟਾਰਟ ਚੱਲ ਐ ਥੋੜਾ ਖਿਲਾਰ ਕੇ ਸੁੱਟਦਾ ਚੁੱਕੋ 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 ਨੋਟ 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 ਮੇਰੀ ਚਾਹੀਦੇ ਨੇ ਨੋਟ ਚਲੋ ਆਉਂਦੇ ਡਾਂਸਰ ਤਾਂ ਨੋਟ ਮਾਰਦੇ ਹੋਏ ਹਰ ਸ਼ਹਿਰ ਆਰਕੈਸਟਰ ਤੋਂ ਉਹ ਫੜ ਫੜ ਉਹ ਵੱਟਾ ਮਾਰੇ ਚੀਪੇ ਦੇ ਉਹ ਵੱਟਾ ਮਾਰੇ ਦੇ ਉਧਰ ਵੀਡੀਓ ਬਣਾਉਣੀ ਹੋ ਰਹੀ ਕੁਛ ਹੋਣਾ ਹੁਣ ਸਾਡੇ ਬਹੁਤ ਹੀ ਲੜਕੀ ਦੇ ਮਾਮਾ ਜੀ ਹੁਣ ਲੜਕੇ ਦੇ ਮਾਮਾ ਜੀ ਆਹ ਵੀਡੀਓ ਬਣਾਉਣਗੇ ਸੋ ਕਹਿੰਦੇ ਨਹੀਂ ਡੀਜੇ ਵਾਲੇ ਡੀਜੇ ਵਾਲੇ ਬਾਬੂ ਕਿੱਥੇ
ਕਹਿੰਦੇ ਸੀ ਕਿ ਅਸੀਂ ਇੱਕ ਟੇਕ ਚ ਬਣਾ ਲੈਣੀ, ਹੁਣ ਇੱਕ ਟੇਕ ਦੇਖਦੇ ਚਲੋ। 1 eternity later One eternity later Oh my One eternity later ਹੁਣ ਖਿੱਚਦੇ ਯਾਰ ਤੋਂ ਫੋਟੋਆਂ ਤੇ ਦੇਖਦੇ ਕਿਹੋ ਜਿਹਾ ਰਿਜ਼ਲਟ ਆਉਂਦਾ ਜੀ। ਨਿੱਕੇ ਹੁੰਦੇ ਬੜੇ ਖਾਂਦੇ ਰਹੇ ਯਾਰ, ਹਨਾ ਤੂੰ ਨੀ ਖਾਂਦਾ ਰਿਹਾ, ਵੇਖਦਾ ਏਦਾਂ ਮਸਾਲਾ ਮਸਾਲਾ ਪਾ। ਉਹ ਤੇਰੇ ਨੀ ਹੈ, ਇੱਧਰ ਵੀ ਨਾ ਮੂੰਹ ਮਾਰੀ। ਤੇਰੇ ਵੱਲ ਹੋਣਾ ਕਿੰਨੇ ਛੇ ਕੰਨ ਵਾਲਾ ਕੀ ਪਿਆ ਆਪਾਂ ਖਾਈਏ ਅੱਧੇ ਪੂਰੀ ਟਾਇਰ ਤੇ ਉਹ ਜਾ ਯਾਰ ਸਲਾਈ ਮਾਰਦਾ ਫਸਾ ਹੀ ਕੁਛ ਪੱਤੀ ਪੱਤੀ ਫਸ ਗਈ ਯਾਰ ਜਿਹੜੀ ਲਾਲ ਚਟਨੀ ਸੀ ਨਾ ਮੇਰਾ ਇਸ਼ਕੀ ਹਰਸ਼ ਨੇ, ਹਰਸ਼ ਨੇ ਇੰਨੀ ਵਾਰ ਪੁੱਛਿਆ ਕਿਹੜੀ ਕਿਹਦੀ ਬਣਾਈ ਕਾਹਦੀ ਬਣਾਈ, ਪਰ ਸਵਾਦ ਉਹਨੂੰ ਤਾਂ ਵੀ ਲੱਗੀ ਕਿਉਂਕਿ ਉਹਨੂੰ ਭੁੱਖ ਬੜੀ ਲੱਗੀ, ਜੋ ਹੁੰਦਾ ਸੀ ਉਹ ਹੁੰਦਾ ਸਵਾਦ ਲੱਗਣਾ ਲੱਗਣਾ, ਪਰ ਸੀਰੀਅਸਲੀ ਸਵਾਦ ਹੀ ਯਾਰ, ਚਟਨੀ ਬਹੁਤ ਸਵਾਦ, ਘੈਂਟ ਹੀ, ਮਤਲਬ ਜੋ ਵੀ ਕੰਮ ਹੀ ਘੈਂਟ ਹੀ, ਨਿੱਕੇ ਹੁੰਦੇ ਬੜਾ ਖਾਂਦੇ ਰਹੇ ਹਨਾ। ਸੋ ਮਿਲਦੇ ਆ ਅਗਲੇ ਵਲੌਗ 'ਚ, ਬਾਏ ਬਾਏ, ਟੇਕ ਕੇਅਰ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬੀਬੇ ਬੋਏ, ਪਹਿਲਾਂ ਕੱਲਾ ਬੀਬਾ ਬੋਏ ਸੀ, ਹੁਣ ਬੀਬੇ ਬੋਏ, ਬਾਏ ਬਾਏ।